ਵੀਰ ਜੀ, ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਉੱਤੇ। ਆਪਣਾ ਜੀ ਅੱਜ ਮਸ਼ੀਨਾਂ ਪੂਰੀਆਂ ਆਪਣੇ ਚੱਲੀਆਂ ਨੇ, ਇੱਧਰ ਪੂਰੀਆਂ ਖੁੱਲ੍ਹ ਕੇ। ਉਹ ਸਾਹਮਣੇ ਇੱਕ ਨਾਲ ਗੀਰ ਚੱਲ ਰਹੀ ਆ ਅਤੇ ਆਪਣੇ ਇੱਧਰ ਆਉਂਦੀ ਆ, ਪਿੱਛੇ ਆਪਣੇ ਵਾਲੀ ਕੰਬਾਈਨ ਆ, ਇੱਧਰ ਕਰਤਾਰ ਆ। ਅੱਜ ਜੀ ਕੰਪੀਟੀਸ਼ਨ ਚੱਲ ਰਿਹਾ ਮਸ਼ੀਨਾਂ ਦਾ, ਅੱਜ ਆਪਾਂ ਨਿਬੇੜ ਦੇਣਾ ਕੰਮ ਤਕਰੀਬਨ। ਅਸੀਂ ਕਹਿੰਦੇ ਵੀ ਜਲਦੀ ਨਿਬੜੇ ਨਿਬੜੂਗਾ ਅਤੇ ਪਿੰਡ ਨੂੰ ਪੰਜਾਬ ਵੀ ਚੱਲਣ ਵਾਲਾ ਹੋ ਗਿਆ। ਅਤੇ ਤਕਰੀਬਨ ਅੱਜ ਮਸ਼ੀਨ ਚੱਲੂਗੀ, 10 ਵਜੇ ਤੱਕ ਚੱਲਣੀ ਆ। ਅਤੇ ਆਪਣਾ ਬਸ ਆਪਾਂ 9 ਤਰੀਕ ਤੱਕ ਲਗਾ ਰਹੇ ਇੱਥੇ, 9 ਤਰੀਕ ਮਸ਼ੀਨ ਆਪਾਂ ਲੈ ਜਾਣੀ ਆ, ਇੱਥੇ ਰਵਾਨਾ ਕਰ ਦੇਣੀ ਆ। ਅਤੇ ਆਹ ਪਲਾਟ ਵਟਾਈ ਸਾਹਮਣੇ ਇੱਧਰ ਨੂੰ ਕਰਕੇ ਰਾਤ ਦੇ ਰਾਤ ਪਰ ਮੈਂ ਕਿੰਨੇ ਕਿੱਲੇ ਵਾਟ ਲਈ ਚਲਾਉਣ ਵਾਲਾ ਤੂੰ ਕਿੰਨੇ ਵਾਟ ਗਏ ਜੀ? ਮੇਰਾ 25 ਵੀ ਅੱਗੇ ਆਉਣਾ ਨੇ, 25 ਦਾ ਲਗਭਗ ਹੋਵੇਗਾ। ਮੇਰੀ ਗੱਲ ਸੁਣੋ, ਤੂੰ ਇੱਕ ਗੱਲ ਭੁੱਲ ਗਿਆ ਜੇ, ਜਿਵੇਂ ਨਾ ਖਾੜਾ ਨੀ ਲਾਇਆ ਹੁੰਦਾ, ਕਲਾਕਾਰ ਲਾਈ ਜਾਂਦਾ ਖਾੜਾ, ਕਲਾਕਾਰ ਲਾਉਂਦਾ ਹੁੰਦਾ ਤੇ ਉਹ ਵਾਰੀ ਕਹਿੰਦਾ ਤਾੜੀ ਮਾਰ ਗਾਣਾ ਮੁੱਕ ਜਾਂਦਾ, ਜਵਾਕ ਤਾੜੀ ਮਾਰਦੇ ਬੰਦੇ ਆ ਉਹ ਨੀ ਚੇਤਾ ਪਲਾ ਦਿੰਦੇ। ਤੂੰ ਰੋਜ਼ ਤਾਂ ਇਹ ਆਖ ਕੇ ਬੁਲਾਉਣਾ ਪੈਣਾ ਵੀ ਸਤਿ ਸ਼੍ਰੀ ਅਕਾਲ ਬੁਲਾਓ ਕਰੋ, ਆਪਣੇ ਆਪ ਤੈਨੂੰ ਪਤਾ ਹੋਣਾ ਚਾਹੀਦਾ ਵੀ ਸਤਿ ਸ਼੍ਰੀ ਅਕਾਲ ਬੁਲਾਉਣੀ ਹੈ। ਗਰਮੀ ਲੱਗੀ ਜਾਂਦੀ ਤਾਂ ਨੀ ਬੋਲਦੀ ਪਈ ਨਹੀਂ ਉਹ ਤੇ ਇਹਨਾਂ ਦਾ ਸਤਿ ਸ਼੍ਰੀ ਅਕਾਲ, ਮੈਂ ਰੋਜ਼ ਤਾਂ ਨੀ ਤੁਹਾਨੂੰ ਆਖ ਕੇ ਬੁਲਾਉਣਾ ਪੈਣਾ ਪੈਂਦਾ ਵੀ ਕਲਾਕਾਰ ਤਰ੍ਹਾਂ ਤਾੜੀ ਮਾਰ ਜਦ ਗਾਣਾ ਮੁੱਕਿਆ ਚੰਗਾ ਲੱਗੇ ਚਾਹ ਲੱਗਣਾ ਤਾੜੀ ਮਾਰਨੀ ਪੈਂਦੀ ਮਾਰੀ ਦੀ, ਉਹ ਗੱਲ ਨੂੰ ਸਤਿ ਸ਼੍ਰੀ ਅਕਾਲ ਦਾ ਬੁਲਾਓ ਰੋਜ਼ ਦਾ ਤੁਹਾਨੂੰ ਆਪਣਾ ਕਿੰਨਾ ਟਾਈਮ ਹੋ ਗਿਆ ਵੀਡੀਓ ਬਣਾਉਂਦੇ ਨੀ, ਤੁਹਾਨੂੰ ਆਖ ਕੇ ਸਤਿ ਸ਼੍ਰੀ ਅਕਾਲ ਬੁਲਾਉਣੀ ਪੈਂਦੀ, ਜੇ ਖਾੜੇ ਜਾਂਦਾ ਨਾ ਕਰ ਤਾੜੀ ਮਾਰੋ ਜਾਣਾ ਉਹਨਾਂ ਮਾਰਨੀ ਪੈਂਦੀ ਮਾਰੀ ਜਾਣਾ ਚੇਤਾ ਫਿਰ ਬੁਲਾ ਲੈਂਦੇ ਨੇ। ਤੇ ਅੱਜ ਮਤਲਬ 3 ਮਸ਼ੀਨਾਂ ਇਕੱਠੀਆਂ ਚੱਲੀਆਂ ਨੇ ਆਪਣੀਆਂ, ਇੱਕ ਹੋ ਚੱਲਦੀ ਆ ਤੇ ਆਹ ਮਸ਼ੀਨ ਤਾਂ ਖੜ ਗਈ ਉਹ ਵੀ ਖੜੀ ਆ, ਬਾਕੀ ਹੁਣ ਆਪਾਂ ਚਲਾਉਂਦੇ ਹਾਂ ਫਿਰ। ਆਪਣਾ ਜੰਟਾ ਜੀ ਉਹ ਆਪਾਂ ਨੇ ਕਿੱਧਰ ਨਿਕਲਿਆ, ਵਾਹਾਂ ਰੋਕ ਦਿਓ ਗਾੜੀ, ਵਾਹਾਂ ਬਿੰਬਲ ਖਾਧਾ, ਵਾਹਾਂ ਰੋਕ ਦਿਓ ਮੈਂ ਆ ਰਹਾ ਹਾਂ ਬਸ, ਹਾਂ ਅਸੀਂ ਕਾਟ ਰਹੇ ਹਾਂ, ਨਾ ਦੋ ਆਇਆ ਤਾਂ ਨਾ ਉਹਦੇ ਟਰਾਲੀਆਂ ਆਈਆਂ ਅਤੇ ਮਸ਼ੀਨ ਖੜੀ ਇੱਥੇ ਦੁਪਹਿਰ ਦੇ ਵਿੱਚ ਧੁੱਪੇ, ਹੁਣ ਉਹਦੀ ਸਾਡੀ ਟਰਾਲੀ ਟਰੂਲੀ ਕਦੋਂ ਆਉਣੀ ਆ ਅਤੇ ਕਦੋਂ ਆ ਪਹੁੰਚੂਗਾ, ਮੈਂ ਤਾਂ 3 ਘੰਟੇ ਫੋਨ ਲਾਇਆ ਨੂੰ ਉਹ ਇਹੀ ਗੱਲ ਕਰ ਰਿਹਾ, ਬਸ ਵੀ ਆ ਗਿਆ ਆ ਗਿਆ ਆ ਗਿਆ ਨਿਬੜਾ ਨੀ ਪਿਆ, ਇੱਕ ਹੀ ਪਰਲਾ ਨਾਲ ਦੋਵਾਂ ਦਾ ਵੱਡਾ ਨਾ, ਮਤਲਬ ਇੱਕ ਭਰਾ ਉਹ ਤਾਂ ਬਣਾਉਣਾ, ਦੋ ਵੱਡੇ ਨੇ ਯਾਰ, ਇੱਕ ਭਰਾ ਥੱਲੇ ਵੱਡਾ ਅੰਬ ਕਿੱਥੇ ਲੱਗੇ ਨੇ, ਕਿਹੜੇ ਅੰਬ ਹੁੰਦੇ ਨੇ ਵੱਡਾ ਯਾਰ, ਦੋ ਖੱਤੇ ਲੰਮੇ ਕਿਹੜੇ ਵੱਡੇ ਨੇ, ਦੋਵਾਂ ਭਰਾਵਾਂ ਦੇ ਵੱਡੇ।
ਤੂੰ ਮਸ਼ੀਨ ਫਿਰ ਅੱਜ ਤੂੰ ਜ਼ਿਆਦਾ ਚਲਾਈ ਆ ਕਿ ਤੂੰ ਚਲਾਈ ਕਿ ਇਹਨੇ ਚਲਾਈ ਹੈ? ਤਿੰਨਾਂ ਨੇ ਇੱਕੋ ਜਿੰਨੀ ਬਰਾਬਰ ਹੀ। ਤੂੰ ਕਿੰਨੇ ਵੱਡੇ? ਮੈਂ 2 ਵੀਗੇ ਮੈਂ ਵੱਡੇ ਨੇ। ਤੂੰ? ਮੈਂ ਵੱਡੇ ਨੇ ਇੱਕ ਦੋ, ਆਹ ਵੱਡੇ ਨੇ ਤੇ ਸਵੇਰੇ ਵੱਡੇ ਨੇ ਬਸ। ਆਹ ਫਿਰ ਜ਼ਿਆਦਾ ਨੇ, ਦੋ ਦੱਸਦਾ ਇਹਨਾਂ ਨੂੰ ਸਵੇਰੇ ਉੱਧਰ ਕੋਈ ਵੱਡੇ। ਤੂੰ ਕਿੰਨੇ ਵੱਡੇ ਸਨ? ਮੈਂ ਹੀ ਵੱਡੇ ਹੁਣ ਸੁੱਤੇ ਰਹਿਣੇ, ਬਾਕੀ ਹਾਰੇ ਇੰਨੇ ਵੱਡੇ ਸੁੱਤੇ ਰਹਿਣੇ। ਮੈਂ ਤਾਂ ਆਖਾਂ ਮੈਨੂੰ ਵੱਡਾ, ਹੁਣ ਮੈਂ ਨਾਲ ਹੀ ਰਵਾਂ ਕਰ, ਹੁਣ ਬਸ ਤੂੰ ਟਾਈਮ ਵੇਖ ਕੇ ਉਹਨਾਂ ਟਾਈਮ ਉਹਨੂੰ ਵਾਹਣਾ ਕਰਨਾ, ਉਹਨਾਂ ਟਾਈਮ ਉਹਨੂੰ ਨਹੀਂ ਆਪੇ ਨੇ ਆਖਾਂ ਮੈਂ ਚਲਾਣੀ, ਮੈਂ ਚਲਾ ਲੈ। ਤੂੰ ਆਖਾਂ ਹੀ ਮੈਂ ਹੁਣੇ ਰੋਟੀ ਆਈ ਨਹੀਂ, ਮੈਂ ਲੈ ਪੈਣਾ। ਇਹਨਾਂ ਦੋਵਾਂ ਦੀ ਸਹਿਮਤੀ ਹੈ, ਠੀਕ ਹੈ, ਇਹ ਆਉਂਦੇ ਨੇ ਅਸੀਂ ਦੋਵਾਂ ਨੇ ਰਲ ਕੇ ਚਲਾਉਣੀ ਹੈ, ਕੋਈ ਗੱਲ ਨਹੀਂ, ਤੂੰ ਟੈਨਸ਼ਨ ਲੈ। ਤੇ ਨਰੇਸ਼ ਨੂੰ ਫੋਨ ਫੂਨ ਕੀਤਾ ਕੋਈ ਨਹੀਂ, ਪਰ ਮੈਂ ਕਰ ਫੋਨ ਨਰੇਸ਼ ਨੂੰ। ਤੂੰ ਕਰ ਆਏ ਹੌਲੀ ਆਉਂਦੇ ਮਾੜੇ ਕਦੇ ਚੱਲ ਰਹੀ ਹੈ ਜੀ। ਹੋਰ ਭਈਆ, ਅੱਜ ਭਈਆ ਹੀ ਕੱਢ ਰਹੇ ਹਾਂ, ਪਹਿਲੇ ਤਾਂ ਸਤਿ ਸ਼੍ਰੀ ਅਕਾਲ ਬੁਲਾਓ, ਸਤਿ ਸ਼੍ਰੀ ਅਕਾਲ ਬੁਲਾ, ਸਤਿ ਸ਼੍ਰੀ ਅਕਾਲ। ਹਾਂ, ਤੇ ਗੇਹੂੰ ਕੌਣ ਸਾ ਬੀਜ ਹੈ ਜੀ ਵਾਲਾ? ਇਹ 40-37। ਚਾੜ ਕੈਸੇ ਲੱਗ ਰਿਹਾ ਆਪਕੋ? ਅੱਛਾ ਆ ਰਹਾ ਹੈ, ਬੜਿਆ ਮਾਲ ਅੱਛਾ ਆ ਰਹਾ, ਇੱਕ ਨੰਬਰ। ਅੱਛਾ, ਤੇ ਆਜ ਇੱਧਰ ਆ ਜਾ। ਇਹ ਗੇਹੂੰ ਗਿੱਲੇ ਕਾ ਕਟਵਾ ਰਹੇ ਆਪ? ਮੌਸਮ ਖਰਾਬ ਹੋ ਰਹਾ ਹੈ ਨਾ। ਹਾਂ, ਇਹ ਬਾਤ ਮੈਂ ਪਹਿਲੇ ਬੋਲ ਦੀ ਨਰੇਸ਼ ਕੋ, ਇਹ ਕਟਵਾ ਲੋ ਆਪਣੇ ਕਟਵਾਓ, ਹਮ ਉਸਕੇ ਬਾਅਦ ਰਹਿਣਾ ਨਹੀਂ ਯਹਾਂ, ਕਿਸੀ ਕਾ ਰਹਿ ਚਾਹੇ ਨਾ ਰਹੇ, ਆਪਣਾ ਆਪਣਾ ਕਾਟ ਕੇ ਹਮ ਜਾਏਂਗੇ। ਸਹੀ ਬਾਤ ਹੈ ਨਾ? ਸਹੀ ਬਾਤ। ਤੇ ਹਮਾਰੇ ਪੰਜਾਬ ਮੇਂ ਸੀਜ਼ਨ ਚਾਲੂ ਹੋ ਗਿਆ, ਇੱਥੇ ਯਾਰ ਜੀ ਹਮ ਬੈਠਨੇ ਕੋਈ ਫਾਇਦਾ ਨਹੀਂ ਹੈ, ਕੋਈ ਹੈ ਫਾਇਦਾ ਉਧਰ ਹਮਾਰੇ? ਤੂੰ ਦੇਖ ਅਬ ਗਾੜੀ ਲੈ ਕੇ ਜਾਏਂਗੇ ਨਾ, 3 ਦਿਨ ਹਮਾਰੇ ਰਸਤੇ ਮੇਂ ਲੱਗੇਂਗੇ, ਤੇ ਵੋ 3 ਦਿਨ ਕਾ ਸੀਜ਼ਨ ਹੈ ਹਮਾਰੇ, ਵੋ ਰਸਤੇ ਮੇਂ ਨਿਕਲ ਕੇ ਫਿਰ ਫਾਇਦਾ ਕਿਆ ਹੋਗਾ, ਕਿਆ ਫਾਇਦਾ? ਸਹੀ ਬਾਤ। ਤੇ ਇਸ ਲਈ ਮੈਂ ਨਰੇਸ਼ ਕੋ ਬੋਲਾ ਕਿ ਤੂੰ ਆਪਣੇ ਕਟਵਾ ਲੈ, ਇਹ ਕਬ ਕਟਵਾਏਗਾ? ਸ਼ਾਮ ਕੋ ਕਟਵਾ ਲੇਗਾ। ਹੋਰ ਇਸ ਕੋ ਵੀ ਕਟਵਾ ਕੇ ਆਪਣਾ ਆਪਣਾ ਨਿਪਟ ਗਿਆ? ਯਹੀ ਹੈ ਬਸ, ਇਹ ਆਪਣਾ ਤਾਂ ਨਿਪਟ ਗਿਆ। ਅੱਛਾ, ਤੇਰੇ ਕੋ ਕਿਤਨੇ ਵਿਕੇ ਆ? ਇਹ ਆਪਣੇ 5 ਵਿਕੇ। ਇਤਨਾ 5 ਹੁੰਦਾ ਹੈ? ਉਧਰ ਚਣੇ ਨਾ, ਕਿਧਰ ਚ ਇੱਕ ਰੌਡ 5 ਇਤਨਾ ਹੁੰਦਾ? ਪਰ ਦੇਖ ਤੂੰ ਸੇ ਪੁੱਛ ਲੈਣਾ ਨਰੇਸ਼ ਸੇ, ਕਲਰ ਬਾਅਦ ਇਹ ਇਹ ਦੇਖੀ 5 ਵਿਕਾ ਦੇਖ ਲੈ ਲੋ। ਹਾਂ, ਕਿਤਨਾ 5 ਦੇ ਦੇਗਾ ਦੇਗਾ ਅੱਗੇ ਦਿਖਾਉਣੇ। ਉਹ ਮਸ਼ੀਨ ਦੇਖਦੀ ਕਿਤੋਂ? ਉਹ ਜਾਂਦੀ ਤੇ ਆ ਇਧਰ ਨੂੰ ਆਉਂਦੀ ਆ, 5 ਵਿਕਾ ਦੱਸਦਾ ਹੈ? ਇੰਨਾ ਝੂਠ ਕਿਉਂ ਬੋਲਿਆ? ਨਹੀਂ, ਇਤਨਾ ਕਿਉਂ ਝੂਠ ਬੋਲਾ? ਥੋੜਾ ਸਾ ਕੰਮ ਬੋਲਾ ਕਰੋ। ਵੀਡੀਓ ਬਣਾ ਰਹਾ ਹੈ? ਨਹੀਂ, ਥੋੜਾ ਸਾ ਕੰਮ ਬੋਲਾ ਕਰੋ, ਕਿਉਂ ਝੂਠ ਬੋਲਤੇ? ਤੇਰਾ ਅਬ ਤੇਰਾ ਮਾਣ ਨਿਕਲੇਗਾ, 5 ਵਿਕੇ ਤੇਰੇ ਕੋ ਦੇ ਦੇਂਗੇ, ਬਾਕੀ ਕਾ ਹਮਾਰਾ। ਸਹੀ ਬਾਤ ਹੈ, ਤੇ ਤੂੰ ਦੇਖਣਾ ਟਰਾਲੀ ਭਰ ਜਾਣੀ ਹੈ। ਇਹ ਤੇਰਾ ਮਾਲ ਹੈਗਾ ਤਕਰੀਬਨ 10 ਵਿਕੇ? ਨਹੀਂ, ਕਿੰਨਾ? 2 ਕਿੱਲੇ ਜ਼ਿਆਦਾ ਹੈਗੇ। ਇਹ ਥਾਂ ਇਹ ਹੈਗਾ 4 ਕਿੱਲੇ ਥਾਂ ਹੈ, 8 ਵਿਕੇ ਜਗ੍ਹਾ ਤੇਰੀ, 8 ਵਿਕੇ ਸੇ ਤੂੰ 5 ਬਤਾ ਰਹਾ ਹੈ। ਉਹ ਮਾਨ ਜਾ, ਹਮਾਰਾ ਬਹੁਤ ਪੁਰਾਣਾ ਤਜਰਬਾ ਹੈ। ਸੋਇਆਬੀਨ ਲਗਾਇਆ ਨਾ ਸੀਜ਼ਨ, ਵਹੀ ਤੋ ਜਗ੍ਹਾ ਹੈ, ਯਾ ਤੋ ਯੇ ਨਹੀਂ ਮੈਨੇ ਬਾੜ ਕੇ ਰੱਖਿਆ ਹੈ। ਉਹ ਤਬਕਾ ਤਬਕਾ ਅਬਰ ਤੋ ਇਧਰ ਦੇਖੋ, ਗਾੜੀ ਕਹਾਂ ਸੇ ਆ ਰਹੀ ਹੈ? ਤੋ ਗਾੜੀ ਤੋ ਚਲੇਗੀ ਜਹਾਂ ਸੇ ਆਏਗੀ, ਹਮਾਰੇ ਪਾਸ ਕੋਈ ਚਲੇਗੀ ਗਾਉਂ ਤੋ ਆ ਕਾਟ ਲੈ। ਸਹੀ ਬਾਤ ਹੈ। ਜੈਸਰ ਦੱਸਤੇ ਮੜੇ ਉੱਤੋਂ ਰੱਖੀ ਆ ਇਹ ਜੀ, 5 ਵਿਗੇ ਦੱਸਿਆ ਸੀ, 5 ਨੀਗਾ, ਬਾਕੀ ਨਰੇਸ਼ ਦੱਸੂਗਾ ਆਪਾਂ ਨੂੰ, 7 ਦੱਸਦਾ 8 ਦੱਸਦਾ, ਤੇ ਇਹਨੇ ਬਾਈ ਨੇ 5 ਬੋਲਦੀ ਆ। ਕਣ ਥੱਲੇ ਤਾਂ ਰੱਖੀ ਹੋਇਆ ਯਾਰ, ਇਸ ਮੈਂ ਜੌਂ ਬਹੁਤ ਲਗਾਏ ਤੁਮਨੇ? ਹਾਂ ਹਾਂ, ਆਹ ਦੇਖੋ ਜੀ ਮਾਲ ਤਾਂ ਸਾਫ਼ ਹੈ ਬਿਲਕੁਲ, ਜਿਹੜਾ ਜੌਂ ਵਾਲਾ ਨਾ ਪਟਾਸ ਉਹ ਆ ਰਹੀ ਹੈ ਕਿਤੇ ਕਿਤੇ, ਉਹ ਤਾਂ ਆਉਣੀ ਆਉਣੀ ਹੈ, ਨਹੀਂ ਤਾਂ ਫਿਰ ਪਿੱਛੇ ਆਏਗੇ, ਹੈ ਨਾ, ਨਹੀਂ ਤਾਂ ਫਿਰ ਪਿੱਛੇ ਆਏਗੇ।
ਆਏ ਜੀ। ਤੇ ਬਾਕੀ ਆਪਾਂ ਜਿਹੜਾ ਤੁਸੀਂ ਕਹਿੰਦੇ ਸੀ ਨਾ ਬੰਦਾ ਰੋਟੀਆਂ ਵਾਲਾ, ਰੋਟੀਆਂ ਵਾਲਾ ਜਿਹੜਾ ਤੁਸੀਂ ਬੰਦਾ ਕਹਿੰਦੇ ਸੀ ਰੋਟੀਆਂ ਵਾਲਾ ਤੁਸੀਂ ਰੱਖਿਆ ਜੀ, ਉਹ ਰੋਟੀਆਂ ਵਾਲੇ ਆਪਾਂ ਮਸ਼ੀਨ ਫੜਾਤੀ ਆ ਜੀ, ਤੇ ਮਸ਼ੀਨ ਪਹਿਲਾਂ ਵੀ ਚਲਾਉਣ ਲੱਗ ਗਿਆ MP 'ਚ ਵੀ, ਤੇ ਹੁਣ ਪੰਮਿਆ ਉਹ ਤੂੰ ਜਾਂਦਾ ਰਹਿ ਉੱਥੇ ਬਹਿ ਜਾ, ਕੁੱਤੇ ਨਾ ਆ ਜਾਣਾ, ਕੁੱਤੇ ਨਾ ਆ ਜਾਣ ਉੱਧਰ, ਉੱਥੇ ਕਤੀੜਾ ਲੱਗਿਆ ਹਿਰਦਿਆਂ ਨੇ। ਬਾਕੀ ਜੈ ਸੂਰੀ ਆ ਰਿਹਾ ਮਸ਼ੀਨ ਲੈ ਕੇ, ਤੁਹਾਨੂੰ ਇਹ ਦਿਖਾਉਂਦੇ ਹਾਂ ਵੀ ਕਿੱਥੇ। ਇਹ ਵੀਰ ਜੀ ਇਹਨਾਂ ਨਾ ਝੂਠ ਬੋਲਦੇ ਆ ਯਾਰ ਵਿੱਘਾਂ ਦੇ ਵਿੱਚ। ਦੇਖੋ ਤੁਸੀਂ ਜਿਵੇਂ 8 ਵਿੱਘਾ ਖੱਠਾਂ ਨੂੰ 5 ਹੀ ਦੱਸੀ ਜਾਂਦੇ ਆ, ਤੇ ਫਿਰ ਕਿੱਥੇ ਇੰਨਾ ਪੈਸਾ ਲੈ ਕੇ ਜਾਣਾ ਇਹਨਾਂ ਰਾਜਸਥਾਨ ਵਾਲਿਆਂ ਨੇ। ਜਿਹੜਾ ਉਹ ਮਾੜਾ ਜਿਹਾ ਉੱਪਰ ਰੱਖ ਤਾਂ ਦੱਸਣਾ, ਮੈਂ ਉੱਪਰ ਰੱਖ ਮਾੜਾ ਜਿਹਾ ਉੱਪਰ ਤਾਂ ਚੱਕ, ਹਾਂ ਇੱਥੇ ਤਾਂ ਰੱਖੀ ਆ, ਇੱਥੇ ਬਸ ਇੱਥੇ ਇੱਥੇ ਠੀਕ ਹੈ। ਜੈ ਸ਼੍ਰੀ ਰਾਮ ਬਣਾ ਲਿਆ ਆਪਾਂ, ਡਰਾਈਵਰ ਆ, ਮਸ਼ੀਨ ਲੱਗ ਕੇ ਚਲਾਉਣਾ। ਦੇਖੋ ਪੂਰਾ ਬੰਦਾ ਟ੍ਰੇਨ ਹੋ ਗਿਆ, ਇਹੋ ਬੰਦਾ ਰੋਟੀਆਂ ਵਾਲਾ ਆ ਕੀ ਕਰੀ ਜਾਂਦਾ। ਆਹ ਦੇਖੋ ਜੀ ਇਹਨੂੰ ਐਡਾ ਵੱਡਾ ਰੋਲ ਦਿੱਤਾ ਨੀ ਦੱਸ, ਥੋੜਾ ਦਿਮਾਗ ਤੇ ਟੈਨਸ਼ਨ 'ਚ ਲਈ ਖੜਾ ਵੀ ਚਲਾ, ਘਾਬੜਦਾ ਥੋੜਾ ਬੰਦਾ। ਇਹਨੂੰ ਆਪਾਂ ਆਖਿਆ ਵੀ ਤੈਨੂੰ ਪੰਜਾਬ 'ਚ ਮਸ਼ੀਨ ਤੈਨੂੰ ਚਲਾਉਣੀ ਪੈਣੀ ਹੈ। ਬਾਕੀ ਪਿੱਛੇ ਆਪਾਂ ਮਾਲ ਚੈੱਕ ਕਰਦੇ ਵੀ ਦਾਣਾ ਦੂਣਾ ਤਾਂ ਨਹੀਂ ਕੋਈ ਆ ਰਿਹਾ, ਬਿਲਕੁਲ ਸਾਫ਼ ਨਿਕਲ ਰਿਹਾ ਜੀ, ਕੋਈ ਦਾਣਾ ਨਹੀਂ ਪਿੱਛੇ ਆ ਰਿਹਾ। ਇੱਕਾ ਦੁੱਕਾ ਤਾਂ ਆਉਣਾ ਹੀ ਆਉਣਾ ਜੀ, ਹਰੇਕ ਮਸ਼ੀਨ ਮਗਰ ਹੀ ਆਉਂਦਾ। ਅਤੇ ਬਾਕੀ ਅੱਜ ਅਸੀਂ ਇਹਨੂੰ ਇਹ ਗੱਲ ਕੀਤੀ ਆ ਵੀ ਅਸੀਂ ਜਾਣਾ ਪਿੰਡ ਨੂੰ, ਤੂੰ ਆਪਣੇ ਵਢਵਾਲ ਵਢਵਾਉਣੇ ਆ, ਤਾਂ ਇਹਤੋਂ ਬਾਅਦ ਅਸੀਂ ਕੋਈ ਨਹੀਂ ਰੁਕਣਾ ਰੱਖਣਾ ਇੱਥੇ, ਅਤੇ ਐਵੇਂ ਤੂੰ ਕਹੀ ਜਾਏਗਾ। ਜੈ ਸੂਰੀਆ। ਬੰਦਾ ਥੋੜ੍ਹਾ ਜਿਹਾ ਵਹਿੰਦਾ ਨਹੀਂ, ਬਾਕੀ ਕੋਈ ਨਹੀਂ ਵੇਖਣ ਲੱਗ ਜੂਗਾ। ਜੈ ਉਹਨੂੰ ਆਹ ਕਹਿ ਨਾ ਇੱਕ ਪਾਹ ਵੱਡੀ ਆ ਇੱਧਰੇ ਪਾਹ ਨੂੰ, ਹੁਣ ਲੈ ਉਹਨੇ ਨਾ ਇੱਧਰ ਦੀ ਵੱਡੀ ਆ। ਹੈਂ ਕਿਆ ਹੋ ਗਿਆ, ਕਹਾਂ ਰੋਟੀ ਬਣਾਉਣੇ ਵਾਲੇ, ਕੋਈ ਬਾਤ ਨਹੀਂ ਪੈਸੇ ਦੇਣੇ ਪੜੇਗੇ। ਦਾਣੇ ਕੱਢਣ ਰੇਹ ਮਾੜੀ ਘੱਟ ਕਰਤੀ ਕਰੋ, ਕਿੱਥੇ ਕਰਦੇ ਜੀ, ਉਵੇਂ ਇੱਥੇ ਕੱਢਦੇ ਫੁੱਲ ਰੇਸ ਤੇ ਹੀ, ਆਹੋ ਫੁੱਲ ਰੇਸ ਥੋੜਾ ਕੱਢੀ ਦਿੰਦਾ ਦਾਣੇ ਉਵੇਂ, ਇਹਨਾਂ ਨੂੰ ਵੀ ਦੱਸਿਆ ਕਰ ਮਾੜਾ ਮੋਟਾ। ਕਿੰਗੋ ਬਤਾਏਗਾ ਤੂੰ ਕਿਆ, ਇਹ YouTube ਪੇ ਬਣਾ ਰਹਾ ਹੈ। ਹਾਂ 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 YouTube ਤੋਂ ਬਣਾਏਗਾ ਜੀ, ਥੋੜੇ ਐਸੇ ਲਾਣ ਗਿੱਲਾ ਹੈ ਜੀ ਵਾਲਾ, ਹਨਾ ਥੋੜਾ ਸਾ ਵੀ ਗਿੱਲਾ ਹੈ, ਉੱਪਰ ਮਾਲ ਤੋਂ ਪੱਕਾ ਹੋਇਆ ਹੈ, ਇਹ ਗਿੱਲਾ ਥੋੜਾ ਸਾ। ਇਹ ਕਹਾਂ ਲੈ ਕੇ ਜਾ ਰਹਾ, ਕਹਾਂ ਲੈ ਕੇ ਜਾ ਰਹਾ, ਇਹ ਤੂੰ ਘਰ ਪੇ ਲੈ ਕੇ ਜਾਏਗਾ ਤੇ ਮੰਡੀ, ਮੰਡੀ ਲੈ ਕੇ ਜਾਣਾ, ਆ ਜਾ ਕਬ ਜਾਓਗੇ ਸੁਬਾ। ਅੱਛਾ ਐਂ ਕਾ ਟਰੈਕਟਰ ਉੱਥੇ ਲਾ ਲੈ, ਉੱਥੇ ਅੱਗੇ ਲਾ ਲੈ ਟਰੈਕਟਰ, ਹਾਂ ਤੂੰ ਆ ਜਾ ਥੱਲੇ ਆਏ ਬੱਬੂ। ਜੈ ਹੋਰ ਆਪਾਂ ਮਾੜੇ ਹੌਲੀ ਵੱਡੀ ਆ, ਕੋਈ ਚੱਕਰ ਨਹੀਂ ਗਾ, ਆਪਾਂ ਕਿਹੜਾ ਕੋਈ ਮਗਰ, ਆਹੋ ਸਾਊਂਡ ਵਾਟਰਾਂਗੇ। ਇਹ 5 ਵੀ ਕਿੱਦਾਂ ਯਾਰ ਥਾਂ ਜ਼ਿਆਦਾ, ਕਿਉਂ ਨਹੀਂ ਚੱਲਦਾ ਕਿ ਟਰੈਕਟਰ ਕਹਾਂ ਖੜਾ ਕਰਨਾ ਹੁੰਦਾ ਹੈ, ਕਿਉਂ ਨਹੀਂ ਚੱਲਦਾ ਪਤਾ। ਹਾਂ ਡਰਾਈਵਰੀ ਕਿਤਨਾ ਸਾਲ ਹੋ ਗਿਆ ਤੇਰੇ ਕੋਲ ਡਰਾਈਵਰੀ ਕਰਦੇ ਕੋ, 3 ਸਾਲ ਅਭੀ 3 ਸਾਲ ਹੋਈ, ਇਸ ਲਈ ਤੇਰੇ ਕੋ ਪਤਾ ਨਹੀਂ ਚੱਲ ਰਿਹਾ। MP ਵਾਲੇ ਨੇ ਜੋ MP ਵਾਲੇ ਅਭੀ ਤੁਹਾਰਾ ਫਿਰ ਵੀ ਦਿਮਾਗ ਕੰਮ ਕਰਦਾ, ਉਹ ਪਤਾ ਕਿਆ ਕਰਦੇ ਆ, ਜਹਾਂ ਗਾੜੀ ਪਿੱਛੇ ਪਿੱਛੇ ਗਾੜੀ 'ਚ ਲਈ ਜਾਣਗੇ, ਜਾਂ ਮੋੜ 'ਤੇ ਆ ਗਏ, ਕਈ ਵਾਰ ਜਾ ਗਾੜੀਆਂ ਠੁੱਕਦੀਆਂ ਟਰੈਕਟਰ ਦੇ ਵਿੱਚ, ਮੋੜ 'ਤੇ ਜਾ ਕੇ ਰੋਕ ਦੇਣਗੇ, ਪਿੱਛੇ ਕਰਨ ਲੱਗਾ ਡਰਾਈਵਰ ਵਿੱਚ ਠੋਕਦਾ ਹੁੰਦੇ ਲਿਆ ਕੇ ਪਿੱਛੇ, ਉਹ ਉਸ ਕੋਲ ਜਮਾ ਹੀ ਨਹੀਂ ਦਿਮਾਗ ਹੈ ਉਸਕਾ, ਇਹ ਤੁਮ ਤੋਂ ਫਿਰ ਵੀ ਮਾੜੇ ਮੋਟੇ ਠੀਕ ਹੋ ਬੰਦੇ, ਉਹਨਾਂ ਨੇ ਜੈਸ ਨਗਾਹ ਕਰਨੀ ਚਾਹੀਦੀ ਸੀ ਮਸ਼ੀਨ, ਉੱਥੋਂ ਮੋੜ ਲੈ ਫਿਰ ਕਾਣਾ ਹੀ ਬਣਾ ਦੇਗਾ, ਹੁਣ ਇੱਧਰ ਲਿਆਵੇਗਾ ਮੋੜ ਕੇ।
ਤੈਨੂੰ ਕਹ ਲੱਗਦਾ ਡਰਾਈਵਰ ਕੱਚਾ ਪੱਕਾ ਕੱਚਾ ਹੈ ਵੀ ਤਾਂ ਹਾਂ ਕੱਚਾ ਰੋਟੀ ਤਾਂ ਪੱਕੇ ਪਕਾਉਂਦਾ ਰੋਟੀ ਤਾਂ ਪੱਕੇ ਪਕਾਉਂਦਾ ਹਾਂ ਰੋਟੀ ਤਾਂ ਬਣਾ ਦੇਤਾ ਲੇਕਿਨ ਡਰਾਈਵਰ ਤਾਂ ਕੱਚਾ ਹੈ ਚਲੋ ਤੇਰੇ ਖੇਤ ਵਿੱਚ ਖਾਣਾ ਇਸੇ ਤੇਰੇ ਖੇਤ ਮੈਂ ਡਰਾਈਵਰ ਬਣਾਉਣਾ ਇਸੇ ਅੱਛਾ ਮੇਰੇ ਖੇਤ ਵਿੱਚ ਮੇਰੇ ਨੁਕਸਾਨ ਹਾਂ ਉਹ ਤਾਂ ਫਿਰ ਉਹ ਜਾਣੇ ਤੁਮ ਜਾਣੋ ਤੁਮਨੇ ਵੀ ਅੱਗੇ ਤਿੰਨ ਕੰਮ ਬਤਾਏ ਤੁਮਨੇ ਕਿਹੜਾ ਪੂਰੇ ਬਤਾ ਦੀ ਫਿਕਸ ਹੈ ਜਿੱਥੇ ਮੈਂ ਕਟਵਾ ਰਹੇ ਉਤਨੇ ਬਤਾਏ ਨਹੀਂ ਨਹੀਂ ਇਮਾਨਦਾਰੀ ਕਾ ਤੋ ਸਾਤ ਹੈ ਆਠ ਹੈ ਮਨ ਜਾ ਓ ਮਨ ਜਾ ਅਗਰ ਇਹ ਹਾਟ ਨਿਕਲ ਆਏ ਨਾ ਤੋ ਤੂੰ ਪੂਰੇ ਟਰੋਲੀ ਕੋ ਤੇਰੇ ਕੋ ਦੇ ਦੂੰ ਇਹ ਆਠ ਹੈ ਇਮਾਨਦਾਰੀ ਕੇ ਬਾਕੀ ਛੇ ਮੈਂ ਸਾਤ ਮੈਂ ਚਲ ਕੱਟ ਜੇ ਤਾਂ ਠੀਕ ਹੈ ਤੁਮ ਤੋ ਬਹੁਤ ਕੰਮ ਬਤਾ ਦਿਆ ਉਸਦਾ ਥੋੜਾ ਹੋਤਾ ਹੈ ਅਰੇ ਤੁਮਕੋ ਕਮ ਦੇ ਦੇਂਗੇ ਜਿਸ ਕਿ ਇਮਾਨਦਾਰੀ ਕਾ ਬਤਾ ਦੇ ਮੈਨੇ ਪਾਂਚ ਬਤਾਏ ਦੇ ਨਾ ਤੋ ਮੈਂ ਬਤਾ ਰਹਾ ਹੂੰ ਕਿ ਇਮਾਨਦਾਰੀ ਕੇ ਸਾਥ ਹੈ ਅੱਛਾ ਸਤਿ ਸ਼੍ਰੀ ਅਕਾਲ ਬੁਲਾਈ ਕੋ ਨਹੀਂ ਬੁਲਾਈਆ ਪਹਿਲੇ ਨਹੀਂ ਸਤਿ ਸ਼੍ਰੀ ਅਕਾਲ ਬੁਲਾਇਆ ਥਾ ਬੁਲਾਇਆ ਬੋਲਾ ਤਾ ਤੂੰ ਵੀ ਬੁਲਾ ਕੇ ਆਪਾਂ ਨੂੰ ਤਾੜੀ ਅੰਦਰ ਬਣਾਉਣਾ ਪੈਂਦਾ ਹਾਂ ਜੈਸੇ ਉੱਤੇ ਹੀ ਹੁਣ ਉਹਨੇ ਕਾਹਦੀ ਬੁਲਾਉਣੀ ਆ